ਜੇ ਇੱਕ ਬੰਦਾ ਡਾਕਟਰ ਹੈ ਨਹੀਂ ਜੀ, ਉਹ ਕਹੇ ਜੀ ਉਹ ਫਲਾਣਾ ਡਾਕਟਰ ਦਾ ਤੁਹਾਡਾ ਇਲਾਜ ਨਹੀਂ ਕਰਦਾ, ਮੈਂ ਕਰ ਦੂੰਗਾ। ਉਹਨੂੰ ਕੋਈ ਪੁੱਛਦੇ ਤੂੰ ਕਰੇਂਗਾ ਕਿਵੇਂ? ਹਾਂਜੀ, ਤੈਨੂੰ ਡਾਕਟਰੀ ਆਉਂਦੀ ਹੈ? ਬਿਲਕੁਲ, ਤੈਨੂੰ ਬਿਮਾਰੀ ਪਤਾ ਜੀ। ਗੁਰੂ ਸਾਹਿਬ ਨੇ ਕਿਹਾ ਰੋਗ ਦਾਰੂ ਦੋਵੇਂ ਬੁੱਝੇ ਤਾਂ ਤੂੰ ਵੈਦ ਸਜਾਣ, ਰੋਗ ਤਾਂ ਬੁੱਝੇ ਹੀ ਨਹੀਂ ਜੀ ਜੀ ਜੀ, ਉਹ ਵੈਦ ਬਣ ਗਿਆ। ਅੰਧਾ ਆਗੂ ਜੇ ਥੀਏ ਕਿਉਂ ਪਾਦਰ ਜਾਣਾ, ਆਪ ਹੀ ਅੰਧਾ ਆਗੂ ਨੇ, ਮੈਨੂੰ ਕਹਿਣਾ ਨਹੀਂ ਚਾਹੀਦਾ, ਪਰ ਹੁਣ ਮੈਂ ਕੀ ਕਰਾਂ ਵੀ? ਲੋਕਾਂ ਦੀ ਦੇਖੋ ਜੀ ਪੜ੍ਹਾਈ ਨਹੀਂ ਹੋ ਰਹੀ, ਇਹਨਾਂ ਬੱਚੇ ਤਾਂ ਨਹੀਂ ਪੜ੍ਹਦੇ ਕਿਉਂਕਿ ਅੰਗਰੇਜ਼ੀ 'ਚ ਨਹੀਂ ਪੜ੍ਹ ਰਹੇ। ਅਸੀਂ ਅੰਗਰੇਜ਼ੀ ਸਕੂਲ ਸ਼ੁਰੂ ਕਰ ਦਾਂਗੇ, ਅਸੀਂ ਸਮਾਰਟ ਸਕੂਲ ਬਣਾ ਦਾਂਗੇ, ਫਿਰ ਵੀ ਬੱਚਿਆਂ ਦੀ ਆਉਂਦੇ ਨਹੀਂ ਬੱਚੇ, ਅਸੀਂ ਮਿਡ ਡੇ ਮੀਲ ਸ਼ੁਰੂ ਕਰ ਦਾਂਗੇ, ਅਸੀਂ ਇਹਨਾਂ ਕਿਤਾਬਾਂ ਮੁਫ਼ਤ ਦੇ ਦਾਂਗੇ, ਕਿਉਂਕਿ ਹਰ ਚੀਜ਼ 'ਚ ਪੈਸਾ ਵੱਧ ਕਹਿ ਕੇ ਦਿੱਤਾ। 5 ਲੱਖ ਦਾ ਬੀਮਾ ਤੁਸੀਂ ਮੰਨੋਗੇ? ਜੇ 5 ਲੱਖ ਦਾ ਬੀਮਾ ਇੱਕ ਪਰਿਵਾਰ ਨੂੰ ਸੱਚੀ ਮੁੱਚੀ ਦੇਣਾ ਹੋਵੇ, 5 ਲੱਖ ਰੁਪਇਆ ਇਲਾਜ ਦਾ ਖਰਚ ਕਰਨਾ ਹੋਵੇ ਉਹਦੇ 'ਤੇ, ਤਾਂ 500 ਪਰਿਵਾਰਾਂ ਨੂੰ ਬਿਨਾਂ ਇਲਾਜ ਦੇ ਰੱਖਣਾ ਪਊਗਾ। 50 ਰੁਪਇਆ ਕਹਿੰਦੇ ਸੀ 38 ਲੱਖ ਕਾਰਡ ਬਣਾਤਾ, 39 ਲੱਖ ਜੀ, 45 ਲੱਖ ਦਾ ਬਣਾਉਣਾ ਸੀ ਕਹਿੰਦੇ। ਉਹਨੂੰ ਪੁੱਛੋਗੇ 39 ਲੱਖ ਦਾ ਤੁਸੀਂ ਬੀਮਾ ਤਾਂ ਦੇ ਦਿਓਗੇ, ਇਲਾਜ ਕਿੰਨਿਆਂ ਨੂੰ ਮਿਲੂਗਾ? ਉਸ ਤੋਂ ਅੱਗੇ ਜਿਹਨੇ ਉਹਦੇ 'ਚ ਮੈਂ ਅਜੇ ਨਹੀਂ ਜਾਂਦਾ ਵੀ ਉਸ ਇਲਾਜ 'ਚ ਹੀ ਰਹਿਰੀਆਂ ਕੀ। ਪਰ ਮੈਂ ਇੱਥੇ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੂੰਗੀ ਕਿ ਚਾਹੇ ਆਪਾਂ ਗੱਲ ਕਰੀਏ ਕਿ ਕੋਈ ਨਵੀਂ ਪਾਰਟੀ ਬਣਨ ਦੀ, ਚਾਹੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਨਵੀਂ ਬਣੀ ਜਦੋਂ ਲੋਕਾਂ ਨੂੰ ਬੜਾ ਵਿਸ਼ਵਾਸ ਸੀ ਕਿ ਲੋਕ ਮੁੱਦਿਆਂ 'ਤੇ ਗੱਲ ਹੋਏਗਾ, ਲੋਕਾਂ ਦੇ ਲਈ ਕੰਮ ਹੋਏਗਾ, ਪਰ ਅਖੀਰ ਹਰੇਕ ਰਾਜਨੀਤਿਕ ਪਾਰਟੀ ਜੋ ਹੈ ਸਿਆਸਤ ਵਿੱਚ ਉਲਝ ਜਾਂਦੀ ਹੈ, ਲੋਕ ਮੁੱਦੇ ਫਿਰ ਉੱਥੇ ਦੇ ਉੱਥੇ ਰਹਿ ਜਾਂਦੇ ਨੇ। ਨਹੀਂ, ਮੈਨੂੰ ਐਂ ਲੱਗਦਾ ਵੀ ਕਿਤੇ ਸਾਨੂੰ ਮੀਡੀਆ ਤਾਂ ਥੋੜ੍ਹਾ ਇਸ ਤੋਂ ਉੱਪਰ ਉੱਠਣਾ ਪਏਗਾ। ਜੀ ਜੀ, ਜੇ ਇੱਕ ਬੰਦਾ ਡਾਕਟਰ ਹੈ ਨਹੀਂ ਜੀ, ਉਹ ਕਹੇ ਜੀ ਉਹ ਫਲਾਣਾ ਡਾਕਟਰ ਦਾ ਤੁਹਾਡਾ ਇਲਾਜ ਨਹੀਂ ਕਰਦਾ, ਮੈਂ ਕਰ ਦੂੰਗਾ। ਉਹਨੂੰ ਕੋਈ ਪੁੱਛਦੇ ਤੂੰ ਕਰੇਂਗਾ ਕਿਵੇਂ? ਹਾਂਜੀ, ਤੈਨੂੰ ਡਾਕਟਰੀ ਆਉਂਦੀ ਹੈ? ਬਿਲਕੁਲ, ਤੈਨੂੰ ਬਿਮਾਰੀ ਪਤਾ ਜੀ? ਗੁਰੂ ਸਾਹਿਬ ਨੇ ਕਿਹਾ ਰੋਗ ਦਾਰੂ ਦੋਵੇਂ ਬੁੱਝੇ ਤਾਂ ਤੂੰ ਵੈਦ ਸਜਾਣ, ਰੋਗ ਤਾਂ ਬੁੱਝੇ ਹੀ ਨਹੀਂ ਜੀ ਜੀ ਜੀ, ਇਹ ਵੈਦ ਬਣ ਗਏ। ਅੰਧਾ ਆਗੂ ਜੇ ਥੀਏ ਕਿਉਂ ਪਾਦਰ ਜਾਣਾ, ਆਪ ਹੀ ਅੰਧਾ ਆਗੂ ਨੇ, ਮੈਨੂੰ ਕਹਿਣਾ ਨਹੀਂ ਚਾਹੀਦਾ, ਪਰ ਹੁਣ ਮੈਂ ਕੀ ਕਰਾਂ? ਇਹ ਤਾਂ ਮੇਰੇ ਗੁਰੂ ਨੇ ਕਿਹਾ ਵੀ ਜਿਹੜੇ ਆਗੂ ਨੂੰ ਆਪ ਹੀ ਨਹੀਂ ਪਤਾ ਉਹ ਦੂਜਿਆਂ ਨੂੰ ਰਸਤਾ ਕੀ ਦਿਖਾਏਗਾ, ਸਮੱਸਿਆ ਕਿੱਥੇ ਹੈ? ਜੀ, ਤੁਸੀਂ ਆਪ ਦੀ ਗੱਲ ਕਰੀ ਜੀ, ਹੁਣ ਤੋਂ ਛੱਡ ਗਏ ਇਹਨਾਂ ਨੂੰ। ਬਿਲਕੁਲ, ਉਹ ਅਸੀਂ ਇੱਕ ਉਸ 'ਚ ਬੁਲਾਏ ਸੀਗੇ ਸੈਮੀਨਾਰ 'ਚ ਜੀ, ਅਸੀਂ ਪੁੱਛਿਆ ਤੁਸੀਂ ਕਰੋਗੇ ਕਿਵੇਂ ਹੱਲ? ਨਹੀਂ ਨਹੀਂ ਸਾਨੂੰ ਪਤਾ ਹੈ, ਅਸੀਂ ਐਂ ਕਰਾਂਗੇ, ਬੜੇ ਵੱਡੇ ਪੱਤਰਕਾਰ ਸੀਗੇ ਤੇ ਤੁਹਾਡੇ ਇੱਥੇ ਨਾਲ ਦੀ ਨੇ, ਅਸੀਂ ਐਂ ਕਰਾਂਗੇ, ਕੋਈ ਕੋਈ ਸਾਨੂੰ ਉਹ ਹੱਲ ਨਹੀਂ ਸੀ। ਉਸ ਤੋਂ ਪਹਿਲਾਂ ਪੀ ਪੀ 'ਚ ਇਹ ਮਨਪ੍ਰੀਤ ਬਾਦਲ ਯੂਨੀਵਰਸਿਟੀ 'ਚ, ਮੈਂ ਪੁੱਛਿਆ ਵੀ ਤੁਸੀਂ ਕਹੀ ਜਾਓ ਮੇਰੇ 'ਤੇ ਯਕੀਨ ਕਰੋ, ਯਕੀਨ ਤਾਂ ਲੋਕ 70 ਸਾਲ ਤੋਂ ਕਰਦੇ ਆ ਰਹੇ ਨੇ ਜੀ ਜੀ ਜੀ, ਤੁਸੀਂ ਐਂ ਦੱਸੋ ਕਰੋਗੇ ਕਿਵੇਂ? ਯਕੀਨ ਕਰੋ ਜੀ, ਐਕਸ਼ਨ ਪਲਾਨ ਦੀ ਕਮੀ ਹੈ। ਐਕਸ਼ਨ ਪਲਾਨ, ਨਾ ਨਾ, ਐਕਸ਼ਨ ਪਲਾਨ ਤਾਂ ਬਣੂਗਾ ਜੇ ਤੁਹਾਨੂੰ ਪਹਿਲਾਂ ਬਿਮਾਰੀ ਪਤਾ ਹੋਵੇ। ਤੁਹਾਡੀ ਐਕਸ਼ਨ ਪਲਾਨ ਵੀ ਕੀ ਹੈ ਜੀ? ਵੀ ਲੋਕਾਂ ਦੀ ਦੇਖੋ ਜੀ ਪੜ੍ਹਾਈ ਨਹੀਂ ਹੋ ਰਹੀ, ਇਹਨਾਂ ਬੱਚੇ ਤਾਂ ਨਹੀਂ ਪੜ੍ਹਦੇ ਕਿਉਂਕਿ ਅੰਗਰੇਜ਼ੀ 'ਚ ਨਹੀਂ ਪੜ੍ਹ ਰਹੇ, ਅਸੀਂ ਅੰਗਰੇਜ਼ੀ ਸਕੂਲ ਸ਼ੁਰੂ ਕਰ ਦਾਂਗੇ, ਅਸੀਂ ਸਮਾਰਟ ਸਕੂਲ ਬਣਾ ਦਾਂਗੇ, ਫਿਰ ਵੀ ਬੱਚਿਆਂ ਦੀ ਆਉਂਦੇ ਨਹੀਂ ਬੱਚੇ, ਅਸੀਂ ਮਿਡ ਡੇ ਮੀਲ ਸ਼ੁਰੂ ਕਰ ਦਾਂਗੇ, ਅਸੀਂ ਇਹਨੂੰ ਕਿਤਾਬਾਂ ਮੁਫ਼ਤ ਦੇ ਦਾਂਗੇ, ਕਿਉਂਕਿ ਹਰ ਚੀਜ਼ 'ਚ ਪੈਸਾ ਬਣਨਾ। ਜੀ ਜੀ ਜੀ, ਇਹ ਦੇਖਣਾ ਵੀ ਪੜ੍ਹਾਈ ਕਿਉਂ ਨਹੀਂ ਹੋ ਰਹੀ? ਕੋਈ ਜ਼ਮਾਨਾ ਸੀ ਜਦ ਕੋਈ ਮਿਡ ਡੇ ਮੀਲ ਨਹੀਂ ਹੁੰਦੀ ਸੀ, ਕੋਈ ਵਰਦੀਆਂ ਨਹੀਂ ਦਿੰਦਾ ਸੀ ਸਕੂਲ 'ਚ, ਪਰ ਪੜ੍ਹਾਈ ਫਿਰ ਵੀ ਵਧੀਆ ਹੁੰਦੀ ਸੀ। ਉਹ ਟੀਚਰ ਨੂੰ 100 ਰੁਪਇਆ ਤਨਖਾਹ ਦਾ ਮਿਲਦਾ ਸੀ, ਅੱਜ ਟੀਚਰ ਨੂੰ ਤਨਖਾਹ 80-80 ਹਜ਼ਾਰ ਮਿਲਦਾ, ਪੜ੍ਹਾਈ ਫਿਰ ਨਹੀਂ ਹੁੰਦੀ। ਸੋ ਇਸ ਕਰਕੇ ਪੜ੍ਹਾਈ ਕਿਉਂ ਨਹੀਂ ਹੋ ਰਹੀ ਜਾਂ ਹਸਪਤਾਲ 'ਚ ਇਲਾਜ ਕਿਉਂ ਨਹੀਂ ਹੋ ਰਿਹਾ? ਇਹ ਗੱਲਾਂ ਨੂੰ ਜਿੰਨਾ ਚਿਰ ਤੁਸੀਂ ਇਹ ਦੇਖਦੇ ਵੀ ਹੋ ਕਿਉਂ ਨਹੀਂ ਰਿਹਾ, ਤੁਸੀਂ ਕਹਿੰਦੇ ਇਲਾਜ ਤੁਹਾਡਾ ਜੋ ਮਰਜ਼ੀ, ਹਸਪਤਾਲ ਮਾੜੇ ਹੋਣ ਚੰਗੇ ਹੋਣ, ਅਸੀਂ ਤੁਹਾਨੂੰ ਆਯੁਸ਼ਮਾਨ ਭਾਰਤ ਦੇ ਵਿੱਚ ਇਲਾਜ ਕਰਾ ਦਾਂਗੇ। ਕਹਿ ਕੇ ਦਿੱਤਾ 5 ਲੱਖ ਦਾ ਬੀਮਾ ਤੁਸੀਂ ਮੰਨੋਗੇ? ਜੇ 5 ਲੱਖ ਦਾ ਬੀਮਾ ਇੱਕ ਪਰਿਵਾਰ ਨੂੰ ਸੱਚੀ ਮੁੱਚੀ ਦੇਣਾ ਹੋਵੇ, 5 ਲੱਖ ਰੁਪਇਆ ਇਲਾਜ ਦਾ ਖਰਚ ਕਰਨਾ ਹੋਵੇ ਉਹਦੇ 'ਤੇ, ਤਾਂ 500 ਪਰਿਵਾਰਾਂ ਨੂੰ ਬਿਨਾਂ ਇਲਾਜ ਦੇ ਰੱਖਣਾ ਪਊ, ਕਿਉਂਕਿ ਉਹਦੀ ਜਿਹੜੀ ਕਿਸ਼ਤ ਆ ਉਹ 1100 ਤੇ 84 ਰੁਪਏ ਹੈ ਇੱਕ ਪਰਿਵਾਰ ਦੀ, ਅਤੇ 84 ਰੁਪਏ ਤਾਂ ਕੰਪਨੀ ਦਾ ਖਰਚਾ ਹੀ ਹੋ ਜਾਣਾ ਜੇ ਉਹ ਮੁਨਾਫਾ ਨਾ ਕਮਾਵੇ। 1000 ਰੁਪਇਆ ਪਰ ਪਰਿਵਾਰ ਹੋਇਆ, 1000 ਰੁਪਇਆ ਪਰ ਪਰਿਵਾਰ ਜੇ ਲੈਂਦੇ ਹੋ, ਜੇ ਤੁਸੀਂ 500 ਪਰਿਵਾਰਾਂ ਤੋਂ ਤੁਹਾਡੇ ਕੋਲ 5 ਲੱਖ ਇਕੱਠਾ ਹੋਇਆ, ਇਹਦਾ ਮਤਲਬ 500 ਚੋਂ ਇੱਕ ਬੰਦੇ ਨੂੰ ਤੁਸੀਂ 5 ਲੱਖ ਦਾ ਇਲਾਜ ਦੇ ਸਕਦੇ ਜੇ ਕੋਈ ਮੁਨਾਫਾ ਵੀ ਨਾ ਕਮਾਓ। ਹੁਣ ਜੇ ਸਾਡਾ ਬੁੱਧੀਜੀਵੀ, ਸਾਡੇ ਸਾਰੇ ਪੜ੍ਹੇ ਲਿਖੇ, ਇਹ ਸਾਡੇ ਅਰਥ ਸ਼ਾਸਤਰੀ, ਇੱਕ ਵੀ ਅਰਥ ਸ਼ਾਸਤਰੀ ਮੈਂ ਕਹਿੰਦਾ ਨਹੀਂ ਸੁਣਿਆ ਵੀ ਭਾਈ 5 ਲੱਖ ਦਾ ਤੁਸੀਂ ਕਹਿੰਦੇ ਹੋ ਅਸੀਂ ਦੇਵਾਂਗੇ, ਇਹਦਾ ਮਤਲਬ 500 ਪਰਿਵਾਰਾਂ 'ਚੋਂ 2500 ਬੰਦੇ 'ਚੋਂ ਤੁਸੀਂ ਸਿਰਫ ਇੱਕ ਬੰਦੇ ਦਾ ਇਲਾਜ ਕਰੋਗੇ? ਜੇ ਤੁਸੀਂ 5 ਦਾ ਇਲਾਜ ਕਰਨਾ ਇੱਕੋ ਪਰਿਵਾਰ 'ਚੋਂ ਤਾਂ ਉਹਨਾਂ ਨੂੰ ਲੱਖ ਲੱਖਦਾ ਆਏਗਾ, ਜੇ ਤੁਸੀਂ 5 ਪਰਿਵਾਰਾਂ 'ਚ 5 ਬੰਦਿਆਂ ਦਾ ਇਲਾਜ ਕਰਨਾ ਇੱਕ ਇੱਕ ਕਰਕੇ ਤਾਂ ਇੱਕ ਇੱਕ ਪਰਿਵਾਰ ਨੂੰ ਲੱਖ ਲੱਖਦਾ ਆਏਗਾ, ਜੇ ਤੁਸੀਂ 5 ਦੀ ਬਜਾਏ 50 ਦਾ ਕਰਨਾ
ਤਾਂ ਫਿਰ ਉਹਨੂੰ 10-10 ਹਜ਼ਾਰ ਦਾ ਇਲਾਜ ਆਏਗਾ, ਕਿਉਂਕਿ ਇਲਾਜ ਤਾਂ ਉਨੇ ਪੈਸਿਆਂ ਦਾ ਹੀ ਦੇ ਸਕਦੀ ਉਹ ਕੰਪਨੀ, ਉਹਨੂੰ ਸਰਕਲ ਚ ਘੁਮਾਇਆ ਜਾ ਸਕਦਾ। ਹਾਂ, ਉਦੋਂ ਜ਼ਿਆਦਾ ਹੋ ਜਾਏਗਾ ਕਿ ਤਾਂ ਬਿਲਕੁਲ ਖਤਮ ਹੋ ਜਾਏਗਾ। ਜਿੰਨੀ ਤੁਹਾਨੂੰ ਤਨਖਾਹ ਮਿਲਦੀ ਹੈ ਜਾਂ ਆਮਦਨ ਹੈ ਤੁਸੀਂ ਉਹਦੇ ਵਿੱਚੋਂ ਹੀ ਖਰਚਾ ਕਰ ਸਕਦੇ ਹੋ ਕਿ ਬਾਹਰੋਂ ਕਿਤੇ ਹੋ ਰਹਾ ਹੀ ਜਾਊਗਾ। ਸੋ ਇਸ ਕਰਕੇ ਸਾਡੇ ਨਾ ਅਰਥ ਸ਼ਾਸਤਰੀ ਤੇ ਸਵਾਲ ਕਰਦੇ ਨੇ ਜੀ, ਨਾ ਸਾਡੀ ਪਬਲਿਕ ਕਰਦੀ ਹੈ, ਨਾ ਸਾਡਾ ਸਿਆਸਤਦਾਨ ਕਰਦਾ। ਸਭ ਫਟਾਫਟ ਸਾਨੂੰ ਵੀ ਬਣਾ ਦਿਓ, ਸਾਨੂੰ ਵੀ ਇਸ ਮੰਚ ਹੁਣ ਕਾਰਡ 50 ਰੁਪਏ ਕਹਿੰਦੇ ਸੀ, 38 ਲੱਖ ਕਾਰਡ ਬਣਾਤਾ, 39 ਲੱਖ ਜੀ, 45 ਲੱਖ ਦਾ ਬਣਾਉਣਾ ਸੀ ਕਹਿੰਦੇ। ਉਹਨੂੰ ਪੁੱਛੋ ਵੀ 39 ਲੱਖ ਦਾ ਤੁਸੀਂ ਬੀਮਾ ਤਾਂ ਦੇ ਦੋਗੇ, ਇਲਾਜ ਕਿੰਨਾ ਨੂੰ ਮਿਲੂਗਾ? ਉਸ ਤੋਂ ਅੱਗੇ ਜਿਹਨੇ ਉਹਦੇ ਚ ਮੈਂ ਇਹ ਨਹੀਂ ਜਾਂਦਾ ਵੀ ਉਸ ਇਲਾਜ ਚ ਹੇਰਾ ਫੇਰੀਆਂ ਕੀ ਨੇ। ਮੈਂ ਇਹ ਮੰਨਦਾ ਹਾਂ ਵੀ ਬਿਨਾਂ ਹੇਰਾ ਫੇਰੀ ਦੇ ਵਧੀਆ ਇਲਾਜ ਤਾਂ ਵੀ ਤਾਂ 5 ਲੱਖ ਦਾ ਇੱਕੋ ਬੰਦੇ ਨੂੰ ਮਿਲਣਾ ਨਾ, 2500 ਬੰਦਿਆਂ ਚੋਂ। ਇਹ ਗੱਲ ਨੂੰ ਆਏ ਮੰਨ ਕੇ ਸਾਡੇ ਕੇਸ ਗੜ ਗੜ ਕਰਦੇ, ਮੈਨੂੰ ਨਹੀਂ ਜੀ ਕਰਪਸ਼ਨ ਬੜੀ ਹੈ। ਮੈਂ ਕਹਿੰਦਾ ਨਾ ਹੋਵੇ ਕਰਪਸ਼ਨ ਤਾਂ ਵੀ ਤੁਸੀਂ ਦੱਸੋ ਕਿਵੇਂ ਕਰੋਗੇ ਇਲਾਜ? ਇੱਕ ਬੰਦੇ ਦੀ ਲੱਤ ਟੁੱਟ ਜੇ ਤਾਂ ਅੱਜ 50,000 ਰੁਪਇਆ 1,00,000 ਰੁਪਇਆ ਖਰਚ ਹੋ ਜਾਂਦਾ, ਕਿੰਨਾ ਕਿੰਨਾ ਤੁਸੀਂ ਕਰੋਗੇ ਇਲਾਜ? ਬਿਲਕੁਲ ਸਹੀ ਗੱਲ ਹੈ। ਮੈਂ ਛੋਟੀ ਜਿਹੀ ਗੱਲ ਤੇ ਆਉਣਾ ਜੀ, ਵੀ ਇਸ ਕਰਕੇ ਸਾਡਾ ਸਿਆਸਤਦਾਨ ਜਿਹੜਾ ਹੈ ਜਿੱਡੇ ਪ੍ਰੋਬਲਮ ਨੇ ਉਹਨਾਂ ਨੂੰ ਮੁਖਾਤਬ ਨਹੀਂ ਹੋ ਰਿਹਾ, ਉਹ ਕਿਸੇ ਹੋਰ ਪਾਸੇ ਅੱਕੀ ਪਰਾਹੀ ਹੱਥ ਮਾਰਨਾ ਕਹਿੰਦੇ ਅਸੀਂ ਉਹਨੂੰ, ਉਹ ਹੋਰ ਹੀ ਪਾਸੇ ਹੱਥ ਮਾਰੀ ਜਾਂਦਾ। ਤੇ ਉਹਦੇ ਚ ਗੁਰੂ ਸਾਹਿਬ ਨੇ ਜੋ ਦੱਸਿਆ ਉਹ ਫਿਰ ਮੈਂ ਕਹਿਣਾ, ਸਾਡੇ ਸਿਆਸਤਦਾਨ ਦਾ ਉਸ ਵੈਦ ਵਰਗਾ ਹਾਲ ਹੈ, ਕਹਿੰਦੇ ਵੈਦ ਬੜਾਇਆ ਵੈਦਗੀ ਪਕੜ ਢੰਡੋਡੇ ਬਾਂ, ਭੋੜਾ ਰੋਗ ਨਾ ਜਾਣੀ, ਭੋੜਾ ਵੈਦ ਨਾ ਜਾਣੀ ਕਰਕ ਕਲੇਜੇ ਮਾਂ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ, ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ ਯੂਟਿਊਬ 'ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ 'ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।